ਵਾਹਿਗੁਰੂ ਜਪੋ ਗੁਰਬਿਨ ਕੋਰੇ ਅੰਧਾਰ ਗੁਰੂ ਬਿਨ
ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਕੋਰ ਬੈਣ
ਅਤ ਸੰਸਾਰ ਮੈਂ ਗੁਰ ਬਿਨ ਕੋਈ ਸਦਾ ਸਦਾ
है आपना कैसो करीत का जियो नरत है आपना कैसो करीत का दुख विसारण सीने आ सदा सदा साहिब मेरा नीत नवा सदा सदा दाता सदा सदा दाता नीत नवा अंतिम साहिब सेवी है अंत छड़ाए सोए सुन सुन मेरी कामणी पार उतारा होए त्याल ते सर्वंग साचा एक है दूजा नाई कोए
सदा सदा दाता रे, सदा सदा दाता रे, सदा सदा दाता रे, सदा सदा दाता रे। Bye.
ਚੰਦ ਚੜ੍ਹਿਆ ਚੰਦ ਚੜ੍ਹਿਆ ਮਿੱਟਿਆ ਅੰਧੇਰਾ ਚੰਦ ਚੜ੍ਹਿਆ 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 ਜਪ ਜਪ ਜੀਵਾ ਸਾਰੇ
जप जीवा सारंग पाले चंद चढ़िया चंद चढ़िया चंद चढ़िया चंद चढ़िया मिटिया अंधेरा चंद चढ़िया करन करावन शरण परिया दुर प्रसाद सहज कर पाया करन करावन शरण परिया गुर प्रसाद सहज कर पाया मिटिया अंधेरा चंद चढ़िया मिटिया अंधेरा चंद चढ़िया मिटिया लाल जवे हर परे पंडार तोट नया वै जप निरंकार लाल जवे हर परे पंडार तोट नया वै जप निरंकार
ਇਕਾਗਰਤਾ ਬਖਸ਼ੋ। ਅੱਗੇ ਜਿਹੜੀਆਂ ਭੈਣਾਂ ਬੈਠੀਆਂ ਨੇ ਨਾ, ਥੋੜ੍ਹੀ ਗੱਲਾਂ ਜ਼ਿਆਦਾ ਕਰ ਰਹੀਆਂ ਨੇ। ਜਿਹੜਾ ਜੁੜਿਆ ਹੁੰਦਾ ਨਾ, ਉਸਨੂੰ ਵੀ ਡਿਸਟਰਬੈਂਸ ਹੁੰਦੀ ਹੈ।
ਬਹੁਤੀ ਕੋਈ ਜ਼ਰੂਰੀ ਗੱਲ ਹੈ ਤਾਂ ਪਿੱਛੇ ਜਾ ਕੇ ਕਰ ਲਓ, ਜੇ ਅੱਗੇ ਬਹਿ ਕੇ ਵੀ ਗੱਲਾਂ ਕਰਾਂਗੇ ਤਾਂ ਫਿਰ ਨਾ ਸਾਡਾ ਮਨ ਲੱਗਣਾ ਅਤੇ ਨਾ ਸੁਣਨ ਵਾਲਿਆਂ ਦਾ। ਕਿਰਪਾ ਕਰੋ, ਥੋੜ੍ਹੀ ਦੇਰ ਇਕਾਗਰਤਾ ਬਖਸ਼ੋ। ਸਾਡੇ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਸਤਿਕਾਰਯੋਗ ਰਾਏ ਸਿੰਘ ਜੀ, ਜਿਨ੍ਹਾਂ 'ਤੇ ਬੜੀ ਕਿਰਪਾ ਹੈ ਗੁਰੂ ਦੀ। ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਅਪਾਰ ਰਹਿਮਤਾਂ ਨੇ, ਉਹ ਆਪ ਤਿੰਨਾਂ ਦੀ ਰਸਨਾ 'ਤੇ ਵਰਤ ਕੇ ਕੀਰਤਨ ਦੀ ਸੇਵਾ ਲੈਂਦੇ ਨੇ, ਉਹ ਵੀ ਸਤਿਕਾਰਯੋਗ ਸਾਡੇ ਵਿੱਚ ਬਿਰਾਜਮਾਨ ਨੇ। ਅਤੇ ਇਸੇ ਤਰ੍ਹਾਂ ਇਕਾਗਰਤਾ ਬਣਾਈ ਰੱਖਣਾ, ਕਿਉਂਕਿ ਇੱਥੋਂ ਕੁਛ ਖੱਟ ਕੇ ਲੈ ਕੇ ਜਾਣਾ, ਗੱਲਾਂ ਤਾਂ ਬਾਅਦ 'ਚ ਵੀ ਕਰ ਲਾਂਗੇ। ਇਹ ਘੜੀਆਂ ਵੀ ਗੱਲਾਂ 'ਚ ਬਿਤਾਤੀਆਂ ਤਾਂ ਫਿਰ ਦੁਬਾਰਾ ਨਹੀਂ ਮਿਲਣੀਆਂ, ਇਹ ਭਾਗਾਂ ਨਾਲ ਘੜੀਆਂ ਮਿਲਦੀਆਂ ਨੇ। ਅਤੇ ਇਸ ਤੋਂ ਜ਼ਰੂਰੀ ਕੰਮ ਕੋਈ ਹੋਰ ਹੈ ਵੀ ਨਹੀਂ। ਅਗਰ ਇੱਥੇ ਬਹਿ ਗਏ ਨਾ ਅਸੀਂ ਆ ਕੇ, ਸਭ ਕੁਛ ਆਪੇ ਗੁਰੂ ਆਪੇ ਕਰੀ ਜਾਏਗਾ, ਕੋਈ ਗੱਲ ਨਹੀਂ। ਬਸ ਟਿਕ ਕੇ, ਮਨ ਨੂੰ ਟਿਕਾ ਕੇ ਨਾ ਰਲ ਕੇ ਸਾਰੇ ਕੀਰਤਨ ਕਰੀਏ, ਉਹਦਾ ਆਨੰਦ ਲਈਏ। ਆਓ ਸਾਰੇ ਬੜੇ ਪਿਆਰ ਵਿੱਚ ਕਰੋ ਕਿਰਪਾ। ਸਾਰੇ ਹਿਰਦੇ ਤੋਂ ਅਰਦਾਸ ਕਰੋ, ਕਰ ਕਿਰਪਾ ਰੱਬ ਦੀਨ ਦਿਆਲਾ ਤੇਰੀ ਓ ਪੂਰਨ ਗੋਪਾ ਤੇਰੀ
ਸਾਧੂ ਕੀ ਤੂਰਾ ਦਾਨ ਦੇ ਸਾਧੂ ਕੀ ਤੂਰਾ ਦਾਨ ਦੇ ਸਾਧੂ ਕੀ ਤੂਰਾ ਕਿਰਪਾ ਜਲ ਥਲ ਮਈਆ ਰਿਆ ਭਰਪੂਰੇ ਜਲ ਥਲ ਮਈਆ ਰਿਆ ਨਿਕਟ ਵਸੇ
ਜਿਸਨੂੰ ਨਦਰ ਕਰੇ ਸੋ ਪਿਆਰੇ, ਜਿਸਨੂੰ ਨਦਰ ਕਰੇ ਸੋ ਪਿਆਰੇ, ਨਾਨਕ ਹਰਦੁਆਰੇ
ਸ਼ਰਨ ਪਰਿਓ ਨਾਨਕ ਹਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ। ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠ ਸਾਰਿਆਂ ਨੇ ਹਿਰਦੇ ਤੋਂ ਇਹ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ,
ਸਾਡੇ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ, ਆਪਣੀਆਂ ਮਹਿਰਾਮਤਾਂ ਵਰਤਾਓ, ਨਾਮ ਦਾ ਦਾਨ ਅੰਮ੍ਰਿਤ ਵੇਲਾ ਬਖਸ਼ੋ। ਸੱਚੇ ਪਾਤਸ਼ਾਹ ਜੀ, ਆਪ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹੋ ਅਤੇ ਸਾਡੇ ਮਨ ਦੀਆਂ ਜੋਦੜੀਆਂ ਬੇਨਤੀਆਂ ਪ੍ਰਵਾਨ ਕਰ ਲਿਓ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਾਡੇ ਹਿਰਦੇ ਵਸ ਜਾਵੇ। ਕੋਟਾਨਕੋਟ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਾਣੀ ਦੀ ਸਾਂਝ ਸਦਕਾ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੂਹ ਵੀਰਾਂ ਦਾ, ਸੁਖਮਨੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਜੋ ਹਰ ਸਾਲ ਮੇਰੇ ਖਿਆਲ ਨਾਲ ਪਿਛਲੇ 8-10 ਸਾਲਾਂ ਤੋਂ ਇਹ ਸਮਾਗਮ ਚੱਲ ਰਹੇ ਨੇ ਅਤੇ ਅੱਜ ਤੋਂ 5-6 ਸਾਲ ਪਹਿਲਾਂ ਵੀ ਗੁਰੂ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਹਾਜ਼ਰੀ ਭਰਵਾਈ ਸੀ ਇਸ ਅਸਥਾਨ 'ਤੇ। ਅੱਜ ਫਿਰ ਆਪ ਸੰਗਤਾਂ ਦੇ ਹੁਕਮ ਸਾਡੇ ਸਤਿਕਾਰਯੋਗ ਭੈਣ ਜੀ ਰੂਬੀ ਭੈਣ ਜੀ, ਜਿਹੜੇ ਸਮੇਂ ਸਮੇਂ 'ਤੇ ਹੁਕਮ ਕਰਦੇ ਨੇ ਔਰ ਬੜੇ ਪਿਆਰ ਨਾਲ ਆਪ ਵੀ ਆ ਕੇ ਬਹਿ ਕੇ ਸੁਣਦੇ ਨੇ ਜਿੱਥੇ ਵੀ ਸਮਾਗਮ ਹੋਣ। ਮੇਰੇ ਖਿਆਲ ਨਾਲ ਫਰੀਦਾਬਾਦ ਦਾ ਸ਼ਾਇਦ ਕੋਈ ਐਸਾ ਸਮਾਗਮ ਹੋਏਗਾ ਜਿਹਦੀ ਔਰਗਨਾਈਜੇਸ਼ਨ ਦਾ ਜਿਹੜਾ ਜ਼ਿੰਮਾ ਹੈ ਪ੍ਰਬੰਧਕਾਂ ਨੇ ਰੂਬੀ ਭੈਣ ਜੀ ਨੂੰ ਨਾ ਦਿੱਤਾ ਹੋਵੇ, ਕਿਉਂਕਿ ਸਮੂਹ ਕੀਰਤਨੀਆਂ ਨਾਲ ਇਹਨਾਂ ਦਾ ਬਹੁਤ ਪਿਆਰ ਹੈ, ਇਹਨਾਂ ਦੀ ਗੱਲ ਕੋਈ ਨਹੀਂ ਮੋੜਦਾ। ਇਤਨੇ ਪਿਆਰ ਵਿੱਚ ਇਹ ਹੁਕਮ ਕਰਦੇ ਨੇ ਵੀ ਭਾਈ ਸਾਹਿਬ ਜੀ, ਆਪ ਜੀ ਨੇ ਆਉਣਾ ਹੈ ਅਤੇ ਸਾਡੇ ਕੋਲੋਂ ਨਾ ਹੀ ਨਹੀਂ ਹੁੰਦੀ, ਚਾਹ ਕੇ ਵੀ ਕਿਸੇ ਤਰੀਕੇ ਐਡਜਸਟ ਕਰਕੇ ਪ੍ਰੋਗਰਾਮ 'ਤੇ ਜ਼ਰੂਰ ਪਹੁੰਚੀਦਾ। ਬਾਕੀ ਆਪ ਸੰਗਤਾਂ ਫਰੀਦਾਬਾਦੀਆਂ ਸੰਗਤਾਂ ਨੇ, ਆਪ ਜੀ 'ਤੇ ਵੈਸੇ ਹੀ ਗੁਰੂ ਦੀ ਅਪਾਰ ਬਖਸ਼ਿਸ਼ ਹੈ, ਇੱਥੇ ਦੀ ਸੰਗਤ ਇਤਨੇ ਪਿਆਰ ਵਾਲੀ ਹੈ, ਇਤਨੇ ਪਿਆਰ ਨਾਲ ਜੁੜ ਬੈਠ ਕੀਰਤਨ ਸਰਵਣ ਕਰਦੀਆਂ ਨੇ, ਆਪ ਗਾਇਨ ਕਰਦੀਆਂ ਨੇ, ਸੁੱਤੇ ਸਿੱਧੀ ਮਨ ਜੁੜ ਜਾਂਦਾ ਹੈ ਅਤੇ ਆਪ ਜੀ ਅਸੀਸ ਬਖਸ਼ਣਾ, ਸੱਚੇ ਪਾਤਸ਼ਾਹ ਮਿਹਰਾਮਤ ਕਰਨ, ਆਪ ਸੰਗਤਾਂ ਦੀਆਂ ਅਸੀਸਾਂ ਲੈਣ ਆਈਦਾ ਹੈ, ਅਸੀਸ ਦੇ ਕੇ ਤੋਰਨਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਕੀਰਤਨ ਦੀ ਸੇਵਾ ਆਪ ਕਰਾ ਲੈਣ, ਸਾਡੀਆਂ ਭੁੱਲਾਂ ਬਖਸ਼ ਦੇਣੀਆਂ। ਆਓ ਫਤਿਹ ਦਾ ਜਵਾਬ ਗੱਜ ਵੱਜ ਕੇ ਫਤਿਹ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।